ਦੁਨੀਆ ਭਰ ਦੇ ਸਿਹਤ ਵਿਭਾਗ ਅਤੇ ਵਿਗਿਆਨੀ ਕੋਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਤੇਜ਼ੀ ਨਾਲ ਇਸ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦਾ ਪਹਿਲਾ ਸਫਲ ਪ੍ਰੀਖਣ ਅਮਰੀਕਾ ਦੇ ਨੈਸ਼ਨਲ ਸਿਹਤ ਵਿਭਾਗ ਵੱਲੋਂ ਕੀਤਾ ਗਿਆ। ਮਾਹਰਾਂ ਦਾ ਮੰਨਣਾ ਹੈ ਕਿ ਇਸ ਵਾਰ ਇਸ ਨਾਲ ਕੋਵਿਡ-19 ਤੋਂ ਰਾਹਤ ਮਿਲ ਸਕਦੀ ਹੈ। ਅਮਰੀਕਾ ਨੇ ਪਹਿਲਾ ਟੈਸਟ ਸਿਆਟਲ ਦੀ ਰਹਿਣ ਵਾਲੀ ਔਰਤ ਜੈਨੀਫਰ ਹੈਲਰ 'ਤੇ ਕੀਤਾ, ਜੋ ਇਸ ਟੈਸਟ ਲਈ ਦੁਨੀਆ ਦੀ ਪਹਿਲੀ ਔਰਤ ਬਣ ਗਈ ਹੈ। ਕਿਸੇ ਵੀ ਵੈਕਸੀਨ ਦੇ ਟੈਸਟ ਦੇ ਲਈ ਪਹਿਲਾਂ ਕਿਸੇ ਸਵਸਥ ਵਿਅਕਤੀ ਨੂੰ ਉਸ ਬਿਮਾਰੀ ਨਾਲ ਪ੍ਰਭਾਵ ਪੈਦਾ ਪੈਂਦਾ ਹੈ ਅਤੇ ਫਿਰ ਉਸ 'ਤੇ ਵੈਕਸੀਨ ਦਾ ਕੀ ਅਸਰ ਪੈਂਦਾ ਹੈ। ਜੈਨੀਫਰ ਨੇ ਕਿਹਾ ਕਿ ਇਹ ਮੇਰੇ ਲਈ ਅਤੇ ਮੇਰੇ ਨਾਲ 44 ਲੋਕਾਂ ਲਈ ਸੁਨਹਿਰੀ ਮੌਕਾ ਸੀ, ਜੋ ਕਿ ਸਵੇ ਇਸਾ ਨਾਲ ਇਹ ਇੰਜੈਕਸ਼ਨ ਲਗਾਉਣ ਲਈ ਸਾਹਮਣੇ ਆਏ ਤਾਂ ਕਿ ਮਨੁੱਖਤਾ ਨੂੰ ਇਸ ਮੁਸੀਬਤ ਤੋਂ ਬਚਾਇਆ ਜਾ ਸਕੇ। 43 ਸਾਲਾ ਜੈਨੀਫਰ ਦੇ 2 ਬੱਚੇ ਹਨ, ਫਿਰ ਵੀ ਉਹ ਪੂਰੀ ਬਹਾਦਰੀ ਨਾਲ ਸਾਹਮਣੇ ਆਈ। ਇਸ ਪੂਰੀ ਪ੍ਰਕਿਰਿਆ ਵਿੱਚ ਵੈਕਸੀਨ ਦੇ ਸਫਲ ਹੋਣ ਦੀ ਸਥਿਤੀ ਵਿੱਚ ਉਸ ਦੀ ਜਾਨ ਨੂੰ ਖਤਰਾ ਵੀ ਹੋ ਸਕਦਾ ਸੀ। ਦੁਨੀਆ ਵਿੱਚ ਬਹੁਤ ਕੁਝ ਅਤੇ ਬਹੁਤ ਬੁਰਾ ਵੀ ਹੋ ਰਿਹਾ ਹੈ, ਪਰ ਫਿਰ ਵੀ ਉਸ ਦੇ ਨਾਲ ਬਹੁਤ ਕੁਝ ਚੰਗਾ ਵੀ ਹੋ ਰਿਹਾ ਹੈ। ਇਹਨਾਂ ਚੰਗੇ ਲੋਕਾਂ ਅਤੇ ਉਹਨਾਂ ਦੇ ਚੰਗੇ ਕੰਮਾਂ 'ਤੇ ਚੱਲ ਜੈਨੀਫਰ ਹਾਲਰ ਨੇ ਆਪਣੀ ਜਾਨ ਦਾਅ 'ਤੇ ਲਾ ਕੇ ਕੋਰੋਨਾ ਵਾਇਰਸ ਦੀ ਵੈਕਸੀਨ ਆਪਣੇ ਉੱਤੇ ਟੈਸਟ ਕਰਵਾਈ ਹੈ। ਦੁਬਾਰਾ ਕਦੇ ਔਰਤ ਦੀ ਹਿੰਮਤ ਉੱਤੇ ਸ਼ੱਕ ਨਾ ਕਰਨਾ। ਅਮਰੀਕੀ ਸਰਕਾਰ ਦੇ ਇੱਕ ਅਧਿਕਾਰੀ ਅਨੁਸਾਰ ਕੋਰੋਨਾ ਵਾਇਰਸ ਤੋਂ ਬਚਣ ਲਈ ਬਣਾਈ ਗਈ ਵੈਕਸੀਨ ਦਾ ਪ੍ਰੀਖਣ ਸੋਮਵਾਰ ਤੋਂ ਸ਼ੁਰੂ ਹੋ ਚੁੱਕਾ ਹੈ। ਉਹਨਾਂ ਦੱਸਿਆ ਕਿ ਰਾਸ਼ਟਰੀ ਸਿਹਤ ਸੰਗਠਨ ਇਸ ਪ੍ਰੀਖਣ ਲਈ ਧਨ ਮੁਹੱਈਆ ਕਰਵਾ ਰਿਹਾ ਹੈ ਅਤੇ ਇਹ ਸਿਆਟਲ ਵਿੱਚ ਕੈਂਸਰ ਪਰਮਾਨੈਂਟ ਵਾਸ਼ਿੰਗਟਨ ਹੈਲਥ ਰਿਸਰਚ ਇੰਸਟੀਚਿਊਟ ਹੋ ਰਿਹਾ ਹੈ।